ਮੰਤਰੀ ਜਲੰਧਰ। ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੇ ਲਈ ਸੂਬਾ ਸਰਕਾਰ ਦੇ ਨਾਲ ਨਾਲ ਕਈ ਧਾਰਮਿਕ ਸੰਸਥਾਵਾਂ ਨੇ ਵੀ ਆਪਣੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਪ੍ਰਵਾਸੀ ਸਿੱਖਾਂ ਦੁਆਰਾ ਵਿਦੇਸ਼ਾਂ ਦੇ ਵਿੱਚ ਸ਼ੁਰੂ ਕੀਤੀ ਗਈ ਵਾਤਾਵਰਣ ਦੀ ਦੇਖਭਾਲ ਕਰਨ ਵਾਲੀ ਇੱਕ ਸੰਸਥਾ ਇੱਕੋ ਸਿੱਖ ਹੁਣ ਇੱਕ ਅਨੋਖੀ ਪਹਿਲ ਕਰਨ ਜਾ ਰਹੀ ਹੈ। 14 ਮਾਰਚ ਨੂੰ ਸਿੱਖਾਂ ਦੇ 7ਵੇਂ ਗੁਰੂ ਹਰ ਰਾਏ ਸਾਹਿਬ ਜੀ ਦੀ ਤਾਜਪੋਸ਼ੀ ਦੇ ਦਿਵਸ ਵਿੱਚ ਸਿੱਖ ਵਾਤਾਵਰਣ ਦਿਵਸ ਦਾ ਆਯੋਜਨ ਕੀਤਾ ਜਾਵੇਗਾ। ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੇ ਲਈ ਹੁਣ ਕਈ ਧਾਰਮਿਕ ਸੰਸਥਾਵਾਂ ਵੀ ਫੱਟ ਚੜ ਕੇ ਅੱਗੇ ਆ ਰਹੀਆਂ ਨੇ। ਇਸੇ ਦੇ ਅੰਤਰਗਤ ਪੂਰੇ ਵਿਸ਼ਵ ਦੇ ਵਿੱਚ ਵਾਤਾਵਰਣ ਦੀ ਸੁਰੱਖਿਆ ਦੇ ਲਈ ਕਈ ਰੁੱਖ ਲਗਾਏ ਜਾਣਗੇ ਅਤੇ ਪਾਣੀ ਦੀ ਹੋ ਰਹੀ ਬਰਬਾਦੀ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਨਾਲ ਹੀ ਸੋਲਰ ਊਰਜਾ ਦਾ ਪ੍ਰਯੋਗ ਕਰਨ ਦੇ ਲਈ ਵੀ ਲੋਕਾਂ ਨੂੰ ਉਤਸ਼ਾਹਿਤ ਕਰਨਾ ਹੈ। ਈਕੋਸਿੱਖ ਇੰਡੀਆ ਦੇ ਪ੍ਰਮੁੱਖ ਰਵਨੀਤ ਸਿੰਘ ਨੇ ਦੱਸਿਆ ਕਿ 14 ਮਾਰਚ ਨੂੰ ਸਿੱਖ ਵਾਤਾਵਰਣ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ। ਇਸ ਦਿਨ ਸਾਰੇ ਹੀ ਲੋਕ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਵਾਤਾਵਰਣ ਦੇ ਬਾਰੇ ਜਾਗਰੂਕ ਕਰਨਗੇ ਤੇ 7ਵੇਂ ਪਾਤਸ਼ਾਹ ਨੂੰ ਵੀ ਇਸ ਮੌਕੇ ਸ਼ਰਧਾਂਜਲੀ ਦਿੱਤੀ ਜਾਵੇਗੀ ਤੇ ਸਕੂਲੀ ਬੱਚਿਆਂ ਦੇ ਨਾਲ ਮਿਲ ਕੇ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ। ਸਿੱਖ ਵਾਤਾਵਰਣ ਦਿਵਸ 14 ਮਾਰਚ ਨੂੰ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ, ਜਿਹਨੂੰ ਅਸੀਂ ਸਮੁੱਚੇ ਸੰਸਾਰ ਨਾਲ, ਸਿੱਖ ਜਗਤ ਨਾਲ, ਗੁਰਦੁਆਰਿਆਂ, ਸਕੂਲਾਂ ਤੇ ਧਾਰਮਿਕ ਅਦਾਰਿਆਂ ਨਾਲ ਮਿਲ ਕੇ ਵਾਤਾਵਰਣ ਦੀ ਸੁਰੱਖਿਆ ਲਈ ਇਹ ਦਿਵਸ ਐਜ਼ ਸਿੱਖ ਇਨਵਾਇਰਮੈਂਟ ਡੇ ਮਨਾਉਣਾ ਸ਼ੁਰੂ ਕੀਤਾ ਸਨ 2011 ਤੋਂ, ਤੇ ਇਸ ਸਾਲ ਤੀਜੇ ਸਿੱਖ ਇਨਵਾਇਰਮੈਂਟ ਡੇ ਦੇ ਵਿੱਚ ਮੈਂ ਬੇਨਤੀ ਕਰਦਾ ਸਾਰੇ ਸਮੂਹ ਸਿੱਖ ਜਗਤ ਨੂੰ ਕਿ ਵੱਧ ਚੜ੍ਹ ਕੇ ਰੁੱਖ ਲਗਾਉਣ, ਆਪਣੇ ਬੱਚਿਆਂ ਨੂੰ ਪਾਣੀ ਬਚਾਉਣ ਬਾਰੇ ਤੇ ਵਨ ਜੀਵਨ ਦੀ ਸੁਰੱਖਿਆ ਬਾਰੇ, ਮੈਡੀਸਨ ਹਰਬਲ ਗਾਰਡਨਸ ਦੇ ਨਾਲ ਜੁੜਨ ਬਾਰੇ ਤੇ ਬੂਟਿਆਂ ਪ੍ਰਤੀ, ਪੰਛੀਆਂ ਪ੍ਰਤੀ ਆਪਣਾ ਪ੍ਰੇਮ ਉਭਾਰਨ, ਇਹਨਾਂ ਦੀ ਪ੍ਰੋਟੈਕਸ਼ਨ ਲਈ ਅਸੀਂ ਹਮਲਾ ਮਾਰੀਏ, ਗੁਰੂ ਘਰਾਂ ਵਿੱਚ ਪਲਾਸਟਿਕ ਦੀ ਵਰਤੋਂ, ਥਰਮੋਕੋਲ, ਸਟਾਇਰੋਫੋਮ ਦੇ ਜ਼ਹਿਰੀਲੇ ਭਾਂਡਿਆਂ ਦੀ ਵਰਤੋਂ ਘੱਟ ਤੋਂ ਘੱਟ ਕਰਕੇ ਆਪਾਂ ਇਸ ਪ੍ਰਦੂਸ਼ਣ ਤੋਂ ਬਾਹਰ ਆਈਏ। ਕੈਮਰਾਮੈਨ ਅਮਨ ਦੇ ਨਾਲ ਮਨਮੋਹਨ ਸਿੰਘ, 7C, ਚੰਡੀਗੜ੍ਹ। ਇਸੇ ਦਿਨ ਵੇਲਾ ਹੋ ਚੱਲੇ ਤੁਹਾਡੇ ਸਭ ਤੋਂ ਇਜਾਜ਼ਤ ਲੈਂਦਾ। ਅਸੀਂ ਆਸ਼ਾ ਕਰਦੇ ਤੁਹਾਡੇ ਆਉਣ ਵਾਲਾ ਵੇਲਾ ਸ਼ੁਭ ਰਹੇ।